ਵਿਆਹ ਦੀਆਂ ਖੁਸ਼ੀਆਂ ਕਮੀਆਂ 'ਚ ਪਤਲੀਆਂ। ਭਰਾ ਦੇ ਵਿਆਹ 'ਚ ਆਏ ਫੌਜੀ ਜਵਾਨ ਦਾ ਕਤਲ। ਮਾਮਲਾ ਲੁਧਿਆਣੇ ਦਾ ਹੈ, ਜਿੱਥੇ ਫੌਜੀ ਜਵਾਨ ਆਪਣੇ ਚਚੇਰੇ ਭਰਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਪੁੱਜਾ ਸੀ ਅਤੇ ਰਾਤ ਨੂੰ ਜਾਗੋ ਦੇ ਦੌਰਾਨ ਨੱਚਦੇ ਹੋਏ ਫੌਜੀ ਜਵਾਨ ਦਾ ਮੋਢਾ ਕਿਸੇ ਆਏ ਹੋਏ ਵਿਅਕਤੀ ਨਾਲ ਕਹਿ ਗਿਆ ਅਤੇ ਇਸ ਦੌਰਾਨ ਉਹਨਾਂ ਦੀ ਆਪਸ ਵਿੱਚ ਤਰਕ ਕਲਾਮੀ ਹੋ ਗਈ ਅਤੇ ਕੁਝ ਚਿਰ ਬਾਅਦ ਉਹ ਵਿਅਕਤੀ ਆਪਣੇ ਨਾਲ ਕੁਝ ਸਾਥੀਆਂ ਨਾਲ ਲੈ ਕੇ ਆਇਆ ਤਾਂ ਉਸਨੇ ਤੇਜ਼ ਧਾਰ ਹਥਿਆਰਾਂ ਨਾਲ ਫੌਜੀ ਜਵਾਨ 'ਤੇ ਹਮਲਾ ਕਰ ਦਿੱਤਾ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਕਰਦਿਆਂ ਕਾਰਵਾਈ ਦੀ ਗੱਲ ਕਹੀ ਹੈ। ਗੱਲਬਾਤ ਵੀਰੇ, ਇੱਥੇ ਵਿਆਹ 'ਤੇ ਸੀਗੇ, ਰਾਤ ਜਾਗੋ 'ਤੇ ਆਏ ਵੀਰੇ। ਜਾਗੋ 'ਤੇ ਰਿਸ਼ਤੇਦਾਰੀ 'ਚ ਸੀਗੇ ਜੀ, ਨੱਚਦੇ ਨੱਚਦੇ ਥੋੜ੍ਹੀ ਜਿਹੀ ਲੜ ਲੁੜ ਪਏ ਸੀਗੇ ਜੀ ਇਹ, ਅਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਮੁੰਡੇ ਮਾਂਡੇ ਬੁਲਾ ਕੇ ਜੀ ਭਰਾ ਦੇ ਕਿਰਚਾ ਕੁਰਚਾ ਮਾਰ। ਭਰਾ ਕੌਣ ਸੀਗਾ ਜੀ? ਮਲਕੀਤ ਸਿੰਘ ਸੀਗਾ ਜੀ ਭਰਾ ਮੇਰੇ। ਫੌਜੀ ਸੀਗਾ? ਹਾਂਜੀ ਫੌਜ 'ਚ ਸੀਗੇ ਜੀ। ਅੱਛਾ, ਕਦੋਂ ਛੁੱਟੀ ਆਈ ਸੀ ਵੀਰੇ? ਬਸ ਇੱਦਾਂ ਹੀ ਨੱਚਦੇ ਨੱਚਦੇ ਲੜ ਪਿਆ ਜੀ, ਬਸ ਬਾਂਹ ਬੂਹ ਵੱਜੀ ਆ ਜੀ ਬਸ। ਤੇ ਹੁਣ ਕਿਹੜੇ ਹਸਪਤਾਲ ਖੜੇ? ਇਹ ਡੀ ਐਮ ਸੀ ਆ ਜੀ ਇੱਥੇ। ਅੱਛਾ, ਇਹ ਉਹਨਾਂ ਦੀ ਮ੍ਰਿਤਕ ਲਾਸਟ ਪੁਸ਼ ਕੱਲ ਫੁੱਲਾਂ ਨਾਲ ਵਿਆਹ ਸੀਗਾ ਉੱਥੇ, ਇਹਦਾ ਬੜਾ ਭਰਾ ਜਿਹੜਾ ਫੌਜ ਵਿੱਚ ਆ, ਇੰਡੀਅਨ ਆਰਮੀ ਸਰਵਿਸ ਕਰਦਾ। ਕੱਲ ਛੁੱਟੀ ਲੈ ਕੇ ਵਿਚਾਰਾ ਵਿਆਹ 'ਤੇ ਆਇਆ ਸੀ, ਉੱਥੇ ਕੋਈ ਮਾੜੀ ਮੋਟੀ ਨੋਕ ਝੋਕ ਹੋਈ ਹੈ। ਉਸ ਦੌਰਾਨ ਕੋਈ ਮੁੰਡਿਆਂ ਨੇ, ਦੋ ਤਿੰਨ ਮੁੰਡੇ ਸੀਗੇ ਜਿਹੜੇ ਉੱਥੋਂ ਦੇ ਗਲੀ ਦੇ ਹੀ, ਤਿੰਨ ਚਾਰ ਮੁੰਡੇ ਹੋਰ ਉਹਨਾਂ ਨੇ ਬੁਲਾ ਕੇ ਇਹਨੂੰ ਕਿਰਚਾਂ ਦੇ ਨਾਲ ਉਸੇ ਟਾਈਮ ਉੱਥੇ ਖਤਮ ਕਰਤਾ ਮੁੰਡੇ ਨੂੰ। ਅਤੇ ਬਹੁਤ ਵੱਡਾ ਧੱਕਾ, ਇੱਕ ਛੋਟਾ ਜਿਹਾ ਬੱਚਾ ਉਹਦੇ, ਕਿੰਨੇ ਸਾਲ ਦਾ ਬੱਚਾ ਵੀਰੇ? 8 ਮਹੀਨੇ ਦੀ ਕੁੜੀ ਆ ਉਹਦੇ। 8 ਮਹੀਨੇ ਦੀ ਕੁੜੀ ਆ, ਸ਼ਰੇਆਮ ਧੱਕਾ ਜੀ ਐਡਾ ਵੱਡਾ, ਜਿਹੜੇ ਰੋਜ਼ ਕਤਲ ਹੋ ਰਹੇ ਆ ਸ਼ਰੇਆਮ। ਕੀ ਮੰਗ ਕਰਦੇ ਹੋ? ਮੰਗ ਪ੍ਰਸ਼ਾਸਨ ਕੋਲ ਇਹੀ ਕਰਾਂਗੇ ਜੀ, ਇੱਕ ਤਾਂ ਆਰਮੀ ਕਰਕੇ ਆਏ ਸੀਗੇ ਜੀ, ਪੂਰਾ ਨਸ਼ਾ ਕੀਤਾ ਸੀ ਉਹਨਾਂ ਨੇ, ਮੁੰਡਾ ਆਰਮੀ ਸੀਗਾ, ਜਵਾਨ ਸੀ ਆਰਮੀ ਦਾ, ਦੇਸ਼ ਦਾ ਜਵਾਨ ਸੀ, ਭੰਗ ਦੇ ਭਾਅ ਚਲਾ ਗਿਆ ਜੀ। ਹਾਂਜੀ, ਪੁਲਿਸ ਕੰਪਲੇਂਟ ਕਰਤੀ ਜੀ, ਰਾਤ ਏ ਸੀ ਪੀ ਸਾਹਿਬ ਵੀ ਆਏ ਸੀ, ਗੁਰਇਕਬਾਲ ਸਿੰਘ।